ਬੱਚੇ ਨੂੰ ਜਿਸ ਤਰ੍ਹਾਂ ਸੁਧਾਰਿਆ ਜਾਂ ਜੋ ਰੂਪ ਦਿੱਤਾ ਉਸ ਤੇ ਅਸੀਂ ਲੁਧਿਆਣਾ ਨਿਵਾਸੀ ਖੁਦ ਹੀ ਇੱਕ ਪ੍ਰੂਫ ਔਰ ਇੱਕ ਸਾਫ ਮੁਜ਼ਾਰਾ ਦੇਖ ਚੁੱਕੇ ਹਾਂ। ਮੇਰੀ ਬੇਨਤੀ ਹੁਣ ਸ਼੍ਰੀ ਕੇ ਐਸ ਨਰੂਲਾ ਜੀ ਨੂੰ ਹੈ, ਸਾਡੇ ਅੱਜ ਦੇ ਗੈਸਟ ਆਫ ਆਨਰ ਸਟੇਜ ਤੇ ਆਣ, ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਜਸਪਿੰਦਰ ਨਰੂਲਾ ਜੀ ਵੀ ਨਾਲ ਹੀ ਸਟੇਜ ਤੇ ਆਣ। ਡੀਏਜੀ ਸਾਹਿਬ ਨੂੰ ਬੇਨਤੀ ਹੈ ਇਹਨਾਂ ਨੂੰ ਅੱਜ ਦੇ ਸਨਮਾਨ ਉਤਸਵ ਤੇ ਸਾਡੇ ਸੱਭਿਆਚਾਰਕ ਸਾਥ ਵੱਲੋਂ ਮੋਮੈਂਟੋਸ ਪੇਸ਼ ਕਰਨ। ਡੀਏਜੀ ਚੰਦਰਸ਼ੇਖਰ ਜੀ ਸ਼੍ਰੀ ਕੇ ਐਸ ਨਰੂਲਾ ਜੀ ਨੂੰ ਔਰ ਜਸਪਿੰਦਰ ਨਰੂਲਾ ਜੀ ਨੂੰ ਸਨਮਾਨਿਤ ਕਰਨਗੇ। ਸ਼ਾਇਦ ਮੈਂ ਇੱਕ ਬੜੀ ਵੱਡੀ ਭੁੱਲ ਕਰ ਜਾਂਦਾ, ਮੈਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ, ਮਿਸਿਸ ਨਰੂਲਾ ਵੀ ਸਾਡੇ ਦਰਮਿਆਨ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਵੀ ਪਰਿਵਾਰ ਨਾਲ ਸ਼ਾਮਿਲ ਹੋਣ। ਮਿਸਿਸ ਨਰੂਲਾ, ਕੇ ਐਸ ਨਰੂਲਾ ਜੀ ਇੱਕ ਜਾਨੀ ਪਹਿਚਾਨੀ ਹਸਤੀ ਹਨ ਅਤੇ ਇਹਨਾਂ ਨੂੰ ਸੰਗੀਤ ਪਰਮਾਤਮਾ ਦੀ ਦੇਣ ਹੈ। ਬਚਪਨ ਵਿੱਚ ਹੀ ਸਕੂਲ ਦੀ ਸਟੇਜ ਉੱਤੇ ਪ੍ਰਾਰਥਨਾ ਕਰਦਿਆਂ ਹੋਇਆਂ ਉਹਨਾਂ ਦੇ ਮਾਸਟਰ ਜੀ ਨੇ ਇਹਨਾਂ ਦੀ ਗੀਤ ਨੂੰ ਪਹਿਚਾਣ ਲਿਆ ਸੀ ਅਤੇ ਇਹਨਾਂ ਦੇ ਮਾਤਾ ਜੀ ਨੂੰ ਆਉਣ ਵਾਲੇ ਇੱਕ ਮਸ਼ਹੂਰ ਕਲਾਕਾਰ ਬਾਰੇ ਪਹਿਲਾਂ ਹੀ ਯਕੀਨ। ਕੇਵਲ ਸੰਗੀਤ ਜਾਂ ਗੀਤ ਹੀ ਨਹੀਂ, ਇਹ ਆਪਣੀ ਕਲਾ ਦਾ ਮੁਜ਼ਾਰਾ PhD ਦੀ ਡਿਗਰੀ ਦੇ ਰੂਪ ਵਿੱਚ ਵੀ ਕਰ ਰਹੇ ਹਨ। ਮੈਂ DAG ਚੰਦਰਸ਼ੇਖਰ ਜੀ ਨੂੰ ਬੇਨਤੀ ਕਰਦਾ ਇਹਨਾਂ ਨੂੰ ਵੀ ਸਨਮਾਨ ਵਜੋਂ ਸਾਡੇ ਸੱਭਿਆਚਾਰਕ ਸਾਥ ਵੱਲੋਂ ਔਰ ਰੂਹੇ ਪੰਜਾਬ ਕਲਚਰਲ ਕਲੱਬ ਵੱਲੋਂ ਮੋਮੈਂਟੋ ਦੇਣ। DAG ਸਾਹਿਬ ਨੂੰ ਇੱਕ ਹੋਰ ਖੁਸ਼ਖਬਰੀ ਦੇਣੀ ਬਾਕੀ ਹੈ। ਸਾਡੇ ਦਰਮਿਆਨ ਸਟੇਜਾਂ ਦੇ, ਡਰਾਮਿਆਂ ਦੇ, ਪੰਜਾਬੀ ਫਿਲਮਾਂ ਦੇ ਔਰ ਹੋਰ ਕਈ ਅਜਿਹੀਆਂ ਗਤੀਵਿਧੀਆਂ ਦੇ ਸੰਚਾਰਕ ਨਿਰਦੇਸ਼ਕ ਸ਼੍ਰੀ SP ਸਿੰਘ ਜੀ ਵੀ ਸ਼ਾਮਲ ਹਨ। DAG ਸਾਹਿਬ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਸਨਮਾਨ ਵਜੋਂ ਅੱਜ ਸਾਡੇ ਸੱਭਿਆਚਾਰਕ ਸਾਥ ਵੱਲੋਂ ਔਰ ਰੂਹੇ ਪੰਜਾਬ ਕਲਚਰਲ ਕਲੱਬ ਵੱਲੋਂ ਸਨਮਾਨਿਤ ਰੂਪ ਵਿੱਚ ਮੋਮੈਂਟੋ ਪੇਸ਼ ਕਰਨ। ਮੈਂ ਟਾਟ ਸਾਹਿਬ ਨੂੰ ਬੇਨਤੀ ਕਰਾਂਗਾ SP ਸਿੰਘ ਹੁਣਾਂ ਨੂੰ ਐਸਕੋਟ ਕਰਨ। SP ਸਿੰਘ ਜੀ ਦਾ ਨਾਂ ਫੋਕ ਡਾਂਸਿਸ, ਫੋਕ ਬੈਲੇਸ ਦੇ ਨਾਂ ਨਾਲ ਇੰਟਰਨੈਸ਼ਨਲ ਪੱਧਰ ਤੇ ਜੁੜਿਆ ਹੋਇਆ ਹੈ। ਇੰਗਲੈਂਡ ਵਿੱਚ ਪੌਪ ਆਰਟਿਸਟ ਮਲਕੀਅਤ ਸਿੰਘ, ਗੁਰਤੇਜ ਸਿੰਘ ਤੇਜ ਵਗੈਰਾ ਨਾਲ ਸੰਗੀਤ ਦੇਣਾ ਨਿਰਦੇਸ਼ਕ ਦੇਣਾ, ਪੰਜਾਬੀ ਐਸੋਸੀਏਸ਼ਨ ਨਾਰਵੇ ਦੇ ਵਿੱਚ ਨਾਰਵੇ ਦੇ ਸੱਦੇ ਤੇ ਜਾਣਾ, ਪੰਜਾਬੀ ਭੰਗੜਾ ਸਵੀਡਨ ਵਿੱਚ ਗੋਟਨਬਰਗ ਦੇ ਥਾਂ ਤੇ ਰੱਖਣਾ, ਫਸਟ ਥੀਏਟਰ ਓਲੰਪੀਅਡ ਇਨ ਚੰਡੀਗੜ੍ਹ, 11 ਕੰਟਰੀਜ਼ ਆਫ ਦ ਵਰਲਡ ਪਾਰਟੀਸਪੇਟਡ, ਜਰਮਨੀ ਦੇ ਡਾਂਸ ਕੰਪੀਟੀਸ਼ਨ ਵਿੱਚ 25 ਕੰਟਰੀਜ਼ ਨੇ ਡਾਂਸ ਤੇ ਭਾਗ ਲਿਆ, ਕਿਰਨਜੀਤ ਗਿੱਲ ਜੋ ਅੱਜ ਸਾਡੇ
ਜੱਜ ਸਾਹਿਬਾਨ ਵਿੱਚੋਂ ਇੱਕ ਹਨ, ਉਹਨਾਂ ਦੀ ਟੀਮ ਵਿੱਚ ਸਨ। ਭਾਰਤੀ ਡਾਂਸ ਨੂੰ ਫਿਨਲੈਂਡ ਲੈ ਕੇ ਗਏ। ਟਰਕੀ ਵਿੱਚ ਪੰਜਾਬ ਦੇ ਭੰਗੜੇ ਦੀ ਟੀਮ ਨੂੰ ਵੀ ਉਹਨਾਂ ਨੇ ਹੀ ਨਿਰਦੇਸ਼ਨ ਦਿੱਤਾ। ਐਸ ਪੀ ਸਿੰਘ ਜੀ ਦੇ, ਕੇ ਐਸ ਨਰੂਲਾ ਜੀ ਦੇ, ਜਸਪਿੰਦਰ ਨਰੂਲਾ ਜੀ ਦੇ ਅਸੀਂ ਦਿਲੋਂ ਬਹੁਤ ਧੰਨਵਾਦੀ ਹਾਂ। ਮੈਂ ਡੀ ਆਈ ਜੀ ਚੰਦਰ ਸ਼ੇਖਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਨੇ ਇੱਥੇ ਆ ਕੇ ਸਾਨੂੰ ਸਨਮਾਨ ਵੀ ਦਿੱਤਾ ਔਰ ਸਾਡੇ ਆਏ ਕਲਾਕਾਰਾਂ ਨੂੰ, ਗੈਸਟ ਆਫ ਆਨਰ ਨੂੰ ਸਨਮਾਨਿਤ ਕੀਤਾ। ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਹੈ ਡੀ ਆਈ ਜੀ ਸਾਹਿਬ ਨੂੰ ਅਸੀਂ ਜ਼ਿਆਦਾ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਸਟੇਜ 'ਤੇ ਤਾਂ ਆਏ ਹੀ ਹਨ। ਡੀ ਆਈ ਜੀ ਸਾਹਿਬ ਦੇ ਸਨਮਾਨ ਲਈ ਵੀ ਸੱਭਿਆਚਾਰਕ ਸਾਥ ਰੂਹੇ ਪੰਜਾਬ ਕਲਚਰਲ ਕਲੱਬ ਵੱਲੋਂ ਇੱਕ ਮੋਮੈਂਟੋ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਜਸਮੇਰ ਸਿੰਘ ਜੀ ਟੱਟ, ਸਰਦਾਰ ਰਘਵੀਰ ਸਿੰਘ ਡੀ ਐਸ ਪੀ ਵਿਜੀਲੈਂਸ, ਨਿਰਮਲ ਸਿੰਘ ਜੀ ਕਲਸੀ, ਕਮਲਜੀਤ ਸਿੰਘ ਜੀ ਕਸਲ ਕਲ ਜਸਲ, ਮੋਮੈਂਟੋ ਪੇਸ਼ ਕਰ ਰਹੇ ਨੇ ਸਰਦਾਰ ਰਘਵੀਰ ਸਿੰਘ ਜੀ ਡੀ ਐਸ ਪੀ ਵਿਜੀਲੈਂਸ ਟੂ ਸ਼੍ਰੀ ਚੰਦਰ ਸ਼ੇਖਰ ਜੀ ਡੀ ਆਈ ਜੀ ਲੁਧਿਆਣਾ ਰੇਂਜ। ਸਾਡੇ ਚੇਅਰਮੈਨ ਸਾਹਿਬ ਸਰਦਾਰ ਜਸਨੇਰ ਸਿੰਘ ਟੱਟ ਹੋਣਾ ਦਾ ਇਸ ਸਾਰੇ ਪ੍ਰੋਗਰਾਮ ਦਾ ਇੱਕ ਦਿਲ ਦੀ ਹਰਕਤ ਵਾਲਾ ਕੰਮ ਸੀ ਜੋ ਇਹਨਾਂ ਨੇ ਸੰਪੂਰਨ ਤੌਰ 'ਤੇ ਕਾਇਮ ਰੱਖਿਆ। ਮੈਂ ਡੀ ਆਈ ਜੀ ਚੰਦਰ ਸ਼ੇਖਰ ਜੀ ਨੂੰ ਬੇਨਤੀ ਕਰਦਾ ਹਾਂ, ਸਾਡੇ ਚੇਅਰਮੈਨ ਸਾਹਿਬ ਨੂੰ ਵੀ, ਉਹ ਸਾਡੇ ਕਲੱਬ ਵੱਲੋਂ ਜੋ ਇੱਕ ਟੋਕਨ ਆਫ ਆਨਰ ਅਸੀਂ ਦੇਣਾ ਚਾਹੁੰਦੇ ਹਾਂ। ਜਸਮੇਰ ਸਿੰਘ ਜੀ ਟੱਟ, ਚੇਅਰਮੈਨ ਸੱਭਿਆਚਾਰਕ ਸੱਤ, ਆਪਣਾ ਬੇਨਤੀ ਹੈ ਸਾਡੇ ਯੂਥ ਵਿੰਗ ਦੇ ਰੂਹੇ ਪੰਜਾਬ ਕਲਚਰਲ ਕਲੱਬ ਦੇ ਪ੍ਰਧਾਨ ਸ਼੍ਰੀ ਕਮਲਜੀਤ ਸਿੰਘ ਜੀ ਜੱਸਲ ਨੂੰ ਮੋਮੈਂਟੋ ਪੇਸ਼ ਕਰਨ। ਸ਼੍ਰੀ ਚੰਦਰ ਸ਼ੇਖਰ ਜੀ ਡੀ ਆਈ ਜੀ ਲੁਧਿਆਣਾ ਰੇਂਜ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਇੱਥੋਂ ਦੀ ਸੱਭਿਅਤਾ, ਇੱਥੋਂ ਦੀ ਬੋਲੀ, ਇੱਥੋਂ ਦਾ ਕਲਚਰ ਨਾ ਕੇਵਲ ਹਿੰਦੁਸਤਾਨ ਵਿੱਚ ਬਲਕਿ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇੱਥੋਂ ਦੇ ਮੌਸਮ, ਇੱਥੋਂ ਦੇ ਮੇਲੇ, ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਜੋ ਅਸੀਂ ਸੱਭਿਆਚਾਰਕ ਪ੍ਰੋਗਰਾਮ ਦੇਖ ਰਹੇ ਹਾਂ, ਇਹ ਦੇਖਣ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਸਾਡੀ ਸੱਭਿਅਤਾ ਕਿਹਨਾਂ ਉਚਾਈਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਛੁਵੇਗੀ। ਪੰਜਾਬ ਦੇ ਗਿੱਧੇ ਅਤੇ ਭੰਗੜੇ ਸਾਰੀ ਦੁਨੀਆ ਵਿੱਚ ਬੜੇ ਸ਼ੌਕ ਨਾਲ ਦੇਖੇ ਜਾਂਦੇ ਹਨ। ਇਸ ਮੌਕੇ 'ਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਰੂਹੇ ਪੰਜਾਬ ਕਲਚਰ ਕਲੱਬ ਨਾਲ ਸੰਬੰਧਿਤ ਆਰਗੇਨਾਈਜ਼ਰ ਸਾਹਿਬਾਨ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਜੋ ਦਰਸ਼ਕ ਵਾਚ ਰਹੇ ਹਨ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ। ਧੰਨਵਾਦ, ਜੈ ਹਿੰਦ। ਬਹੁਤ ਬਹੁਤ ਧੰਨਵਾਦ ਡੀ ਆਈ ਜੀ ਸਾਹਿਬ ਨੇ। ਅੱਜ ਦਾ ਸਮਾਂ ਬਹੁਤ ਮੁਸ਼ਕਲ ਪਹਿਚਾਨੇ ਕਲਾਕਾਰ ਇਹਨਾਂ ਸਮੇਂ ਦੇ ਦੌਰਾਨ ਬੜੀ ਨੱਠਭੱਜ ਕਰ ਰਹੇ ਸਨ। ਮੈਂ ਤੇ ਚੇਅਰਮੈਨ ਸਾਹਿਬ ਇੱਕ ਘਰ ਦੇ ਵਿੱਚ ਇਨਵੀਟੇਸ਼ਨ ਕਾਰਡ ਦੇਣ ਗਏ
ਬੜੀ ਅਜੀਬ ਜੀ ਘਟਨਾ ਵਾਪਰੀ। ਅਸੀਂ ਬੈਲ ਕੀਤੀ, ਇੱਕ ਬੱਚਾ ਬਾਹਰ ਆਇਆ, ਛੋਟਾ ਜਿਹਾ ਸੀ। ਅਸੀਂ ਕਿਹਾ ਬੇਟਾ ਤੇਰੇ ਪਾਪਾ? ਕਹਿੰਦਾ ਪਾਪਾ ਤਾਂ ਬਾਥਰੂਮ 'ਚ ਨੇ ਜੀ। ਅਸੀਂ ਕਿਹਾ ਤੇਰੇ ਮੰਮੀ? ਕਹਿੰਦਾ ਜੀ ਉਹ ਵੀ ਬਾਥਰੂਮ 'ਚ ਨੇ। ਢੱਟ ਸਾਹਿਬ ਨੇ ਉਹਦੇ ਵੱਲ ਧਿਆਨ ਨਾਲ ਦੇਖਿਆ, ਬੱਚਾ ਤਿੱਖਾ ਸੀ। ਉਹਨੇ ਢੱਟ ਸਾਹਿਬ ਦੀ ਅੱਖਾਂ 'ਚ ਪੜ ਲਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿੰਦਾ ਅੰਕਲ ਪਾਪਾ ਇਸ ਵਾਲੇ ਬਾਥਰੂਮ 'ਚ ਨੇ, ਮੰਮੀ ਇਸ ਵਾਲੇ ਬਾਥਰੂਮ 'ਚ ਨੇ।